ਹਾਂ ਗੀਤਾ, ਮੈਂ ਤੇਰੇ ਕਹਿਣ ਦੇ ਨਾ ਘਰ ਚਲ ਗਈ ਸੀਗੀ ਅਤੇ ਉਹ ਨਸ਼ੇ ਕਰਕੇ ਨਾ ਬੈੱਡ 'ਤੇ ਸੁੱਤਾ ਹੋਇਆ ਸੀ ਅਤੇ ਖਲਾਰਾ ਬੜਾ ਪਿਆ ਸੀ, ਮੈਂ ਸਫਾਈ ਕਰਕੇ ਬੈਠੀ ਹੀ ਸੀਗੀ। ਨਾਲ ਇੱਕ ਗੱਲ ਹੋਰ, ਜੈਸਮੀਨ ਤੋਂ ਨਾ ਹੁਣ ਜਰਾ ਬਚ ਕੇ ਰਹੀ, ਖਾਸ ਕਰਕੇ ਉਦੋਂ ਜਦੋਂ ਉਹ ਪੇਕਿਓ ਆਉਂਦੀ। ਇੰਨਾ ਦੀਦੀ ਹੁਣ ਤੁਸੀਂ ਟੈਨਸ਼ਨ ਲਵੋ, ਇਹਨੂੰ ਸੈਂਟਰ ਭੇਜ ਕੇ ਫਿਰ ਹੀ ਮੈਂ ਆਪਣੇ ਸਹੁਰੇ ਘਰ ਜਾਵਾਂਗੀ। ਪਹਿਲਾਂ ਤੁਹਾਨੂੰ ਡਰ ਲੱਗੂਗਾ, ਪਰ ਬਾਅਦ 'ਚ ਕੁਝ ਦਿਨ ਬਾਅਦ ਤੁਹਾਨੂੰ ਆਪੇ ਫਰਕ ਪਤਾ ਲੱਗ ਜਾਣਾ। ਬਿਲਕੁਲ, ਇਹਨੂੰ ਸੈੱਟ ਬੰਦਾ ਬਣਾ ਕੇ ਭੇਜਾਂਗੇ। ਰਾਧਿਕਾ, ਤੂੰ ਇਹਦੇ ਸਵੇਰੇ ਸਵੇਰੇ ਹੀ ਨਾ ਉੱਪਰ ਥੱਲੇ ਗੇੜੇ ਸ਼ੁਰੂ ਹੋ ਜਾਂਦੇ ਨੇ। ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ ਨਾ ਤੇ ਜਾਂ ਜੈਸਮੀਨ ਨੂੰ ਆਵਾਜ਼ ਮਾਰ ਲਿਆ ਕਰ ਤੇ ਜਾਂ ਮੈਨੂੰ ਆਵਾਜ਼ ਮਾਰ ਲਿਆ ਕਰ। ਮੰਮੀ, ਮੈਂ ਉੱਪਰ ਖੜੀ ਖੜੀ ਨੇ ਕਿੰਨੀਆਂ ਜੈਸਮੀਨ ਦੀ ਨੂੰ ਆਵਾਜ਼ਾਂ ਮਾਰੀਆਂ, ਮੈਨੂੰ ਕੋਈ ਰਿਸਪੌਂਸ ਹੀ ਨਹੀਂ ਹੈ, ਮੈਨੂੰ ਹਾਰ ਕੇ ਨਾ ਥੱਲੇ ਆਉਣਾ ਹੀ ਪਿਆ। ਇਹ ਜੈਸਮੀਨ ਨਾ ਰਾਤ ਦੀ ਆਪਣੇ ਪੇਕਿਓਂ ਆਈ ਹੈ ਅਤੇ ਆਪਣੇ ਕਮਰੇ 'ਚ ਹੀ ਵੜੀ ਹੋਈ ਹੈ, ਗੱਲ ਕੀ ਹੈ? ਮੈਂ ਵੀ ਨਾ ਇਹੀ ਗੱਲ ਕੱਲ੍ਹ ਦੀ ਨੋਟ ਕਰੀ ਜਾਂਦੀ ਹਾਂ। ਇਹ ਜਦ ਦੇ ਆਪਣੇ ਪੇਕਿਓਂ ਆਏ ਆ, ਕੋਈ ਆ ਕੇ ਗੱਲ ਵੀ ਨਹੀਂ ਕੀਤੀ ਅਤੇ ਚੁੱਪ ਚੁੱਪ ਵੀ ਨੇ। ਕੀ ਹੋਇਆ ਉੱਥੇ ਕੀ ਨਹੀਂ, ਕੁਛ ਤਾਂ ਪਤਾ ਲੱਗਦਾ ਹੀ ਆ ਬੰਦੇ ਨੂੰ। ਜਦੋਂ ਜਦੋਂ ਜੈਸਮੀਨ ਚੁੱਪ ਰਹਿੰਦੀ ਹੈ ਨਾ, ਉਦੋਂ ਉਦੋਂ ਹੀ ਵੱਡਾ ਨੁਕਸਾਨ ਨਾ ਹੁੰਦਾ ਹੈ। ਮੈਨੂੰ ਤਾਂ ਹੁਣ ਇਹ ਡਰ ਲੱਗਾ ਹੈ ਵੀ ਕਿਤੇ ਆਪਣੇ ਪੇਕਿਓਂ ਕੁਛ ਨਵਾਂ ਨਾ ਸਿੱਖ ਕੇ ਆਈ ਹੋਵੇ। ਮੰਮੀ, ਤੁਸੀਂ ਵੀ ਨਾ ਕਦੇ ਕਦੇ ਪੁੱਠਾ ਸਿੱਧਾ ਹੀ ਸੋਚਣ ਲੱਗ ਜਾਂਦੇ ਹੋ, ਉਹਨਾਂ ਨੂੰ ਪੇਕਿਆਂ ਦੀ ਟੈਨਸ਼ਨ ਰਹਿਣੀ ਹੈ ਤਾਂ ਕਰਕੇ ਕੁਛ ਸੋਚਣ ਲੱਗ ਗਏ ਹੋਣੇ ਆ। ਅੱਗੇ ਦਿਨ ਚੜ੍ਹਦਾ ਹੈ ਨਾ, ਥੱਲੇ ਗੇੜਾ ਮਾਰਦੀ ਹੈ ਅਤੇ ਮੈਨੂੰ ਚਾਹ ਪਾਣੀ ਰੋਟੀ ਪੁੱਛ ਕੇ ਜਾਂਦੀ ਹੈ। ਅਸੀਂ ਪਤਾ ਨਹੀਂ ਕੀ ਥੱਲੇ ਗੇੜਾ ਹੀ ਨਹੀਂ ਮਾਰਿਆ। ਚਲੋ ਕੋਈ ਗੱਲ ਨਹੀਂ ਮੰਮੀ, ਤੁਸੀਂ ਹਰ ਗੱਲ ਨੂੰ ਨਾ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਇਆ ਕਰੋ। ਜੇ ਉਹ ਥੱਲੇ ਨਹੀਂ ਉਤਰੇ, ਆਪਾਂ ਉੱਪਰ ਚਲ ਜਾਂਦੇ ਹਾਂ, ਉੱਪਰ ਜਾ ਕੇ ਪੁੱਛ ਲੈਂਦੇ, ਕੀ ਦਿੱਕਤ ਆ? ਚਲ ਠੀਕ ਹੈ ਫਿਰ, ਤੂੰ ਕਮਰੇ 'ਚ ਬਹਿ ਅਤੇ ਮੈਂ ਉੱਪਰ ਗੇੜਾ ਮਾਰ ਕੇ ਆਉਂਦੀ ਹਾਂ। ਮੰਮੀ, ਹੱਦ ਕਰੀ ਜਾਂਦੇ ਹੋ, ਇੱਦਾਂ ਜੈਸਮੀਨ ਜੀ ਨੂੰ ਲੱਗਣਾ ਕਿ ਮੰਮੀ ਨੂੰ ਫਿਕਰ ਹੈ ਮੇਰੀ ਅਤੇ ਰਾਧਿਕਾ ਆਈ ਨਹੀਂ, ਆਪਾਂ ਦੋਨੇ ਚੱਲਦੇ ਹਾਂ। ਪਹਿਲੇ ਤੂੰ ਉੱਪਰੋਂ ਥੱਲੇ ਲੈ ਕੇ ਆਈ ਹੈ, ਹੁਣ ਤੂੰ ਤੀਜੀ ਮੰਜ਼ਿਲ 'ਤੇ ਚੜ੍ਹੇਂਗੀ। ਤੂੰ ਇੱਦਾਂ ਕਰ, ਉਹਨੂੰ ਫੋਨ ਕਰ ਦੇ ਵੀ ਥੱਲੇ ਹੀ ਆ ਜਾ। ਜੈਸਮੀਨ ਦੀਦੀ, ਨੀਚੇ ਆ ਜਾਓ ਜਰਾ। ਹਾਂਜੀ ਮੰਮੀ, ਤੁਸੀਂ ਬੁਲਾਇਆ ਸੀ। ਪਹਿਲੇ ਤਾਂ ਨਾ ਤੂੰ ਇੱਥੇ ਬੈਠ ਜਰਾ, ਤੇਰੇ ਪੇਕੇ ਸਭ ਕੁਛ ਠੀਕ ਹੈ ਨਾ? ਕੱਲ੍ਹ ਦੀ ਤੂੰ ਪੇਕਿਓਂ ਆਈ ਹੈ, ਕੋਈ ਗੱਲ ਨਾ ਦੱਸਦੀ ਪਈ ਹੈ, ਨਾ ਤੂੰ ਬੋਲਦੀ ਪਈ ਹੈ, ਕੀ ਹੋਇਆ? ਹਾਂਜੀ ਮੰਮੀ, ਸਭ ਕੁਛ ਠੀਕ ਹੀ ਹੈ। ਜਿਹੜੀ ਪਵਨ ਨੇ ਉਸ ਦਿਨ ਐਕਸੀਡੈਂਟ ਵਾਲੀ ਗੱਲ ਨਹੀਂ ਦੱਸੀ ਸੀਗੀ, ਉਹ ਕੋਈ ਹੋਰ ਲੇਡੀ ਸੀਗੀ, ਮੇਰੇ ਮੰਮੀ ਨਹੀਂ ਸੀਗੇ। ਆਪਾਂ ਫਿਰ ਉਹਨਾਂ ਨੂੰ ਘਰੇ ਛੱਡ ਆਏ ਹਾਂ ਅਤੇ ਪ੍ਰਿੰਸ ਨੂੰ ਨਾ ਨਸ਼ਾ ਛਡਾਓ ਕੇਂਦਰ ਵਾਲੀ ਗੱਡੀ ਆ ਕੇ ਲੈ ਗਈ ਹੈ ਅਤੇ ਬਸ ਹੁਣ ਘਰੇ ਮੰਮੀ ਇਕੱਲੇ ਨੇ। ਉਹਨਾਂ ਨੂੰ ਪ੍ਰਿੰਸ ਦੀ ਸੋਚ ਸੋਚ ਕੇ ਟੈਨਸ਼ਨ ਹੋਈ ਜਾਂਦੀ ਹੈ ਕਿ ਉਹ ਇਕੱਲਾ ਉੱਥੇ ਕਿੱਦਾਂ ਰਹੇਗਾ, ਉਹਨਾਂ ਦੀ ਟੈਨਸ਼ਨ ਮੈਨੂੰ ਹੋਈ ਹੋਈ ਹੈ। ਦੀਦੀ, ਜੇ ਇੰਨੀ ਗੱਲ ਹੋ ਗਈ ਸੀ, ਤੁਸੀਂ ਆ ਕੇ ਸਾਡੇ ਨਾਲ ਬਹਿ ਕੇ ਸ਼ੇਅਰ ਤਾਂ ਕਰਦੇ, ਬੰਦਾ ਕੋਈ ਨਾ ਕੋਈ ਹੱਲ ਲੱਭਦਾ ਆ, ਨਾਲੇ ਕਿਤੇ ਨਾ ਕਿਤੇ ਵਧੀਆ ਹੀ ਹੈ। ਜੇ ਪ੍ਰਿੰਸ ਭਾਅ ਜੀ ਨੂੰ ਨਸ਼ਾ ਛੁਡਾਓ ਕੇਂਦਰ ਵਾਲੇ ਲੈ ਗਏ, ਉਹ ਠੀਕ ਹੋ ਜਾਣਗੇ ਉੱਥੇ ਜਾ ਕੇ ਅਤੇ ਤੁਹਾਡੇ ਮੰਮੀ ਉਹਨਾਂ ਨਾਲ ਬਾਅਦ 'ਚ ਸੁੱਖੀ ਰਹਿਣ ਲੱਗ ਜਾਣਗੇ। ਜੈਸਮੀਨ, ਜੇ ਤੈਨੂੰ ਤੇਰੀ ਮੰਮੀ ਦੀ ਟੈਨਸ਼ਨ ਹੈ ਨਾ, ਤਾਂ ਤੁਸੀਂ ਦੋਨੋਂ ਭੈਣਾਂ ਜਾ ਕੇ ਉਹਦਾ ਪਤਾ ਕਰ ਆਇਆ ਕਰੋ। ਮੰਮੀ, ਜੋਤੀ ਦੀ ਤਾਂ ਟ੍ਰਾਂਸਫਰ ਹੋ ਗਈ ਹੈ, ਉਹ ਤਾਂ ਹੁਣ ਛੇਤੀ ਗੇੜਾ ਮਾਰ ਨਹੀਂ ਸਕਦੀ ਕਿਉਂਕਿ ਉਹਨੂੰ ਉੱਥੇ ਐਡਜਸਟ ਹੋਣ ਲੱਗਾ, ਥੋੜ੍ਹਾ ਟਾਈਮ ਲੱਗੇਗਾ। ਪਰ ਹਾਂ, ਮੈਂ ਮੰਮੀ ਵੱਲ ਜਲਦੀ ਤੋਂ ਜਲਦੀ ਗੇੜਾ ਮਾਰ ਕੇ ਆਇਆ ਕਰਾਂਗੀ ਕਿਉਂਕਿ ਮੈਂ ਤਾਂ ਉਹਨਾਂ ਨੂੰ ਇਕੱਲਿਆਂ ਨਹੀਂ ਛੱਡ ਸਕਦੀ। ਚੱਲ ਕੋਈ ਗੱਲ ਨਹੀਂ ਪੁੱਤ, ਵਿੱਚ ਵਿੱਚ ਜਾ ਕੇ ਨਾ ਮੈਂ ਵੀ ਤੇਰੀ ਮੰਮੀ ਦਾ ਹਾਲ ਚਾਲ ਪੁੱਛ ਆਇਆ ਕਰਾਂਗੀ ਅਤੇ ਆਪਾਂ ਪ੍ਰਿੰਸ ਦਾ ਵੀ ਹਾਲ ਚਾਲ ਪੁੱਛ ਆਇਆ ਕਰਾਂਗੇ। ਤੂੰ ਨਾ ਹੁਣ ਆਪਣੇ ਘਰ ਵੱਲ ਧਿਆਨ ਦੇ। ਚਲੋ ਠੀਕ ਹੈ ਮੰਮੀ, ਜਿੱਦਾਂ ਤੁਸੀਂ ਕਹਿੰਦੇ ਹੋ। ਨਾਲੇ ਰਾਧਿਕਾ, ਤੂੰ ਮੈਨੂੰ ਇੱਕ ਗੱਲ ਦੱਸ, ਕੱਲ੍ਹ ਮੈਂ ਤੈਨੂੰ ਸ਼ੇਕ ਬਣਾ ਕੇ ਦਿੱਤਾ ਸੀ ਜਦੋਂ ਮੈਂ ਵਾਪਸ ਆਈ ਸੀ, ਉਹ ਉੱਦਾਂ ਦਾ ਉੱਦਾਂ ਹੀ ਪਿਆ ਹੋਇਆ ਮੈਂ। ਨਾਲੇ ਮੰਮੀ, ਇਹਨੂੰ ਜੇ ਮੈਂ ਕੁਛ ਖਾਣ ਨੂੰ ਦਿੰਦੀ ਹਾਂ ਤਾਂ ਬੜੇ ਨਖਰੇ ਕਰਦੀ ਪਈ ਹੈ। ਜੇ ਮੈਨੂੰ ਭੁੱਖ ਲੱਗਦੀ ਵੀ ਹੈ ਨਾ ਤਾਂ ਮੈਂ ਆਪੇ ਹੀ ਆਪਣੇ ਲਈ ਬਣਾ ਕੇ ਖਾ ਲੂੰਗੀ। ਮੈਂ ਪ੍ਰੈਗਨੈਂਟ ਹਾਂ, ਕੋਈ ਬਿਮਾਰ ਨਹੀਂ। ਤੁਸੀਂ ਤਾਂ ਮੇਰੀ ਐਂ ਕੇਅਰ ਕਰਦੇ ਪਿਓ ਜਿਵੇਂ ਮੈਂ ਬਿਮਾਰ ਹੁੰਦੀ ਹਾਂ।
ਕੱਲ ਨਾ ਮੈਂ ਅਨਾਰ ਲਿਆਈ ਆ ਤੇ ਮੈਂ ਉਹਦਾ ਜੂਸ ਕੱਢ ਕੇ ਨਾ ਇਹਦੇ ਮੂੰਹ ਦੇ ਵਿੱਚ ਤਸੇੜਦੀ ਆ, ਦੇਖਦੀ ਆ ਕਿੱਦਾਂ ਨਹੀਂ ਪੀਂਦੀ। ਨਾ ਜਸਮੀਨ ਦੀਦੀ, ਤੁਹਾਨੂੰ ਕੀ ਲੱਗਦਾ ਵੀ ਤੁਸੀਂ ਮੰਮੀ ਨੂੰ ਆਰਾਮ ਨਾਲ ਕਹਿਤਾ ਕਿ ਮੈਨੂੰ ਆਪਣੀ ਮੰਮੀ ਦੀ ਟੈਨਸ਼ਨ ਹੈ ਅਤੇ ਮੰਮੀ ਮੰਨ ਗਏ, ਅਤੇ ਤੁਹਾਨੂੰ ਕੀ ਲੱਗਦਾ ਮੈਂ ਯਕੀਨ ਕਰ ਲੂੰਗੀ? ਆਪਾਂ ਨਾ 6-7 ਸਾਲ ਤੋਂ ਇਕੱਠੇ ਰਹਿੰਦੇ ਪਏ ਹਾਂ, ਗੱਲ ਤਾਂ ਵਿਚਲੀ ਕੁਛ ਹੋਰ ਆ, ਤੁਸੀਂ ਨਾ ਮੈਨੂੰ ਖੁੱਲ੍ਹ ਕੇ ਸਾਰੀ ਗੱਲ ਦੱਸੋ। ਨਾ ਨਾ ਰਾਧਿਕਾ, ਠੀਕ ਹੈ ਸਭ ਕੁਛ। ਨਹੀਂ ਮੇਰੀ ਇਹ ਭੋਲੀਏ ਜਠਾਣੀਏ, ਇੱਜ਼ਤ ਨਾ ਦੱਸਦੇ ਆਪਣੇ ਆਪ, ਨਹੀਂ ਤਾਂ ਨਾ ਅੱਕ ਸੁੰਨ ਮੁੱਕੇ ਸਿੱਧੇ ਪਿੱਟਦੇ ਹੀ ਨੇ। ਰਾਧਿਕਾ ਤੇਰੇ ਸਾਹਮਣੇ ਬਿਲਕੁਲ ਠੀਕ ਤੇ ਹਾਂ, ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਓਹੋ ਦੀਦੀ, ਮੈਂ ਹੁਣ ਮੁੰਡੇ ਦੀ ਸਹੁੰ ਦਊਂਗੀ ਫੇਰ ਹੀ ਦੱਸਣ ਆਇਆ। ਦੇਖ ਰਾਧਿਕਾ, ਮੇਰੀ ਗੱਲ ਦਾ ਗੁੱਸਾ ਨਾ ਕਰੀ, ਪਤਾ ਨਹੀਂ ਕਿਉਂ ਮੈਨੂੰ ਇੱਦਾਂ ਕਿਉਂ ਲੱਗੀ ਜਾਂਦਾ ਪਿਆ ਕਿ ਮੇਰੇ ਭਰਾ ਦਾ ਉਹਦੀ ਪਸੰਦ ਨਾਲ ਵਿਆਹ ਨਹੀਂ ਹੋਇਆ। ਜੇ ਕਿਤੇ ਉਹਦਾ ਵਿਆਹ ਉਹਦੀ ਪਸੰਦ ਨਾਲ ਹੋ ਜਾਂਦਾ ਤਾਂ ਕੀ ਪਤਾ ਉਹ ਨਸ਼ੇ ਘਟਾ ਹੀ ਦਿੰਦਾ। ਚਲੋ ਠੀਕ ਹੈ ਦੀਦੀ, ਮੰਨ ਲੈਂਦੇ ਹਾਂ, ਜੇ ਪ੍ਰਿੰਸ ਭਾਈ ਦਾ ਰਿਸ਼ਤਾ ਮੈਂ ਆਪਣੀ ਮਾਸੀ ਦੀ ਕੁੜੀ ਪ੍ਰਿਆ ਨਾਲ ਕਰਵਾ ਵੀ ਦਿੰਦੇ ਤਾਂ ਕੀ ਗਰੰਟੀ ਸੀ ਭਾਈ ਨਸ਼ੇ ਨਾ ਕਰਦੇ। ਜੈਸਮੀਨ ਦੀਦੀ, ਨਾਲੇ ਇੱਕ ਗੱਲ ਹੋਰ, ਹਸਬੈਂਡ ਵਾਈਫ ਦਾ ਮੇਲ ਵੀ ਤਾਂ ਖਾਣਾ ਚਾਹੀਦਾ। ਹੁਣ ਮੇਰੀ ਗੱਲ ਸੁਣੋ, ਪ੍ਰਿਆ ਨਾ ਮੰਮੀ ਦੇ ਕੋਲ ਆਈ ਹੋਈ ਰਹਿਣ ਵਾਸਤੇ, ਉਹਨੇ ਹੁਣੇ ਥੋੜ੍ਹੀ ਦੇਰ ਨੂੰ ਮੇਰੇ ਕੋਲ ਆਉਣਾ, ਤੁਹਾਨੂੰ ਮੈਂ ਮਿਲਾਨੀ ਹਾਂ, ਤੁਸੀਂ ਮੈਨੂੰ ਵੇਖ ਕੇ ਦੱਸਿਓ ਵੀ ਉਹ ਕੁੜੀ ਪ੍ਰਿੰਸ ਭਾਈ ਨਾਲ ਮੇਲ ਖਾਂਦੀ ਕਿ ਨਹੀਂ ਖਾਂਦੀ। ਰਾਧਿਕਾ ਤੈਨੂੰ ਵੀ ਪਤਾ ਮੇਰੇ ਪੇਕੇ ਪਰਿਵਾਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਹਾਂ ਮੇਰਾ ਭਰਾ ਇੱਕ ਨਸ਼ਿਆਂ ਵਿੱਚ ਹੀ ਪਿਆ ਹੋਇਆ, ਕੀ ਪਤਾ ਵਿਆਹ ਤੋਂ ਬਾਅਦ ਉਹ ਵੀ ਛੱਡ ਦਿੰਦਾ। ਦੀਦੀ ਤੁਸੀਂ ਤਾਂ ਇਕੱਲਾ ਪੋਜ਼ਿਟਿਵ ਸੋਚ ਲਿਆ, ਇਹਦਾ ਨੈਗੇਟਿਵ ਵੀ ਸੋਚੋ, ਕੀ ਪਤਾ ਵਿਆਹ ਤੋਂ ਬਾਅਦ ਆਪਸ ਮੀਆਂ ਬੀਬੀ ਦੀ ਬਣਦੀ ਨਾ ਅਤੇ ਨਸ਼ੇ ਵੱਧ ਕਰਨ ਲੱਗ ਜਾਂਦਾ। ਬਾਕੀ ਕੋਈ ਗੱਲ ਨਹੀਂ, ਆ ਤੁਹਾਡਾ ਵਹਿਮ ਵੀ ਨਾ ਥੋੜ੍ਹੀ ਦੇਰ 'ਚ ਮੈਂ ਕੱਢ ਦੇਣੀ ਆ। ਚਲ ਠੀਕ ਹੈ ਰਾਧਿਕਾ, ਆਪਾਂ ਇਸ ਗੱਲ 'ਤੇ ਬਹਿਸ ਦੇ ਕੋ ਪਏ ਹਾਂ, ਨਾਲ ਨਾ ਮੇਰਾ ਸਿਰ ਦਰਦ ਹੁੰਦਾ ਪਿਆ, ਮੈਂ ਆਪਣੇ ਕਮਰੇ 'ਚ ਰੈਸਟ ਕਰਨ ਚੱਲੀ ਹਾਂ। ਕਿਤੇ ਨਾ ਮੰਮੀ ਵੀ ਸਹੀ ਕਹਿੰਦੇ ਪਏ ਆ ਵੀ ਜਦੋਂ ਵੀ ਜੈਸਮੀਨ ਆਪਣੇ ਪੇਕਿਓ ਆਉਂਦੀ ਆ ਨਾ, ਉੱਥੋਂ ਦੀ ਆ ਕੇ ਇਹੋ ਜਿਹਾ ਮਾਹੌਲ ਬਣਾਉਂਦੀ ਆ ਘਰ ਦਾ ਕਿ ਸਾਰਿਆਂ ਦਾ ਮੂਡ ਹੀ ਖਰਾਬ ਹੋ ਜਾਂਦਾ। ਹਾਂਜੀ ਬਾਬੂ ਜੀ, ਬੈਠੇ ਹੋ ਸਵੇਰ ਦੇ ਫੋਨ ਚਲਾਈ ਜਾਂਦੇ ਹੋ, ਉੱਠ ਕੇ ਨਹਾ ਧੋ ਲਓ, ਕਿਤੇ ਜਾ ਜਾਂਦਾ ਬੰਦਾ। ਨਾ ਤੈਨੂੰ ਮੰਮੀ ਨੇ ਕਿੰਨੀ ਵਾਰ ਕਿਹਾ ਵੀ ਥੱਲੇ ਉੱਤੇ ਗੇੜੇ ਨਾ ਮਾਰਿਆ ਕਰ, ਦੇਖ ਲੈ ਕਿੱਡਾ ਸਾਹ ਚੜਾਇਆ ਪਿਆ, ਨੀਚੇ ਕੀ ਕਰਨ ਗਈ ਸੀ? ਉਹ ਜੀ ਕੁਛ ਨਹੀਂ, ਕੱਲ੍ਹ ਦੇ ਜੈਸਮੀਨ ਦੀਦੀ ਆਏ ਨਾ ਚੁੱਪ ਚੁੱਪ ਜਿਹੇ ਸੀਗੇ ਆਪਣੇ ਕਮਰੇ 'ਚ ਬੰਦ ਕਰਕੇ ਆਰਾਮ ਨਾਲ ਬੈਠੇ ਹੋਏ ਸੀ, ਅਤੇ ਮੈਂ ਨੀਚੇ ਜਾ ਕੇ ਮੰਮੀ ਨਾਲ ਗੱਲ ਕਰਨ ਗਈ ਸੀ ਵੀ ਦੀਦੀ ਨੂੰ ਇਹੋ ਜਿਹਾ ਕੀ ਹੋਇਆ, ਨਾਲੇ ਕਿਤੇ ਨਾ ਕਿਤੇ ਵਧੀਆ ਮੈਂ ਨੀਚੇ ਜਾ ਕੇ ਗੱਲ ਕਰਕੇ ਆਈ ਹਾਂ ਨਾ, ਨਵੀਂ ਚੀਜ਼ ਮੈਨੂੰ ਪਤਾ ਲੱਗੀ ਹੈ। ਯਾਰ ਆਪਣੇ ਘਰ ਨੂੰ ਵੀ ਨਾ ਕਿਸੇ ਦੀ ਨਜ਼ਰ ਹੀ ਲੱਗੀ ਹੋਈ ਹੈ, ਕੁਛ ਨਾ ਕੁਛ ਮੁੱਦਾ ਚੱਲੀ ਹੀ ਜਾਂਦਾ, ਇਹ ਨਾ ਮਤਲਬ ਮਾਹੌਲ ਨੋਰਮਲ ਨਹੀਂ ਹੋ ਰਿਹਾ ਆਪਣੇ ਘਰ ਦਾ, ਹੁਣ ਤੈਨੂੰ ਕੀ ਨਵਾਂ ਪਤਾ ਲੱਗਿਆ ਮੈਨੂੰ ਇਹ ਦੱਸ। ਕੁਛ ਨਹੀਂ, ਮੈਂ ਜੈਸਮੀਨ ਦੀਦੀ ਨੂੰ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਅਤੇ ਉਹਨਾਂ ਨੇ ਆਪਣੀ ਉਦਾਸੀ ਦਾ ਕਾਰਨ ਮੈਨੂੰ ਠਹਿਰਾ ਦਿੱਤਾ, ਕਹਿੰਦੇ ਕਿਤੇ ਨਾ ਕਿਤੇ ਜੇ ਮੇਰਾ ਭਰਾ ਨਸ਼ਿਆਂ 'ਤੇ ਲੱਗਿਆ ਨਾ ਉਹ ਤੇਰੀ ਵਜ੍ਹਾ ਨਾਲ, ਜੇ ਤੂੰ ਵਿਆਹ ਕਰਾ ਦਿੰਦੀ ਇੱਦਾਂ ਦਾ ਕੁਛ ਹੁੰਦਾ ਹੀ ਨਾ। ਉਸਤਾਦ ਕਿਤੇ ਨਾ ਕਿਤੇ ਨਾ ਹੁਣ ਮੈਨੂੰ ਵੀ ਮੰਮੀ ਦੀ ਗੱਲ 'ਤੇ ਯਕੀਨ ਹੋਣ ਲੱਗ ਗਿਆ ਕਿ ਭਾਬੀ ਜਦੋਂ ਆਪਦੇ ਪੇਕੇ ਜਾਂਦੀ ਹੈ ਕੁਛ ਨਾ ਕੁਛ ਸਿੱਖ ਕੇ ਆਉਂਦੇ ਆ, ਹੁਣ ਵੀ ਕੁਛ ਇੱਦਾਂ ਦੇ ਸਿੱਖ ਕੇ ਆਏ ਹੋਣੇ ਆ। ਉਹ ਚਲੋ ਕੋਈ ਨਾ, ਹੁਣ ਮੇਰੀ ਗੱਲ ਸੁਣੋ, ਹੁਣ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਨਾ ਤੁਸੀਂ ਜੈਸਮੀਨ ਦੀਦੀ ਨੂੰ ਨਾ ਪੁੱਛਣ ਬਹਿ ਜਿਓ, ਨਾਲੇ ਹਾਂ ਜਿਹੜਾ ਉਹਨਾਂ ਨੂੰ ਲੱਗਦਾ ਪਿਆ ਨਾ ਕਿ ਉਹਨਾਂ ਦੇ ਭਰਾ ਦਾ ਰਿਸ਼ਤਾ ਮੈਂ ਜਾਣ ਕੇ ਨਹੀਂ ਕਰਾਇਆ, ਉਹਨਾਂ ਦਾ ਵਹਿਮ ਕੱਢਣ ਵਾਸਤੇ ਨਾ ਮੈਂ ਕਿਸੇ ਨੂੰ ਬੁਲਾਇਆ ਹੋਇਆ। ਉਹ ਜਿਹੜੇ ਬੰਦੇ ਨੇ ਇੱਕ ਆਦਤ ਪਾ ਲਈ ਹੁੰਦੀ ਹੈ ਨਾ ਵੀ ਕਿਸੇ ਨਾ ਕਿਸੇ ਮੁੱਦੇ 'ਤੇ ਕਲੇਸ਼ ਪਾਉਣਾ ਹੀ ਪਾਉਣਾ, ਉਹ ਬੰਦੇ ਦੀ ਆਦਤ ਛੇਤੀ ਜਾਂਦੀ ਨਹੀਂ, ਅਤੇ ਭਾਬੀ ਨੇ ਵੀ ਨਾ ਇਹ ਆਦਤ ਹੁਣ ਬਣਾ ਲਈ ਹੋਈ ਹੈ ਕਿ ਘਰ ਦੇ ਵਿੱਚ ਕਲੇਸ਼ ਕਿੱਦਾਂ ਪਾਉਣਾ। ਨਾਲੇ ਇੱਕ ਗੱਲ ਹੋਰ, ਤਾਂ ਭਾਬੀ ਨੂੰ ਕਿਹੜੇ ਕਿਹੜੇ ਤਰੀਕੇ ਨਾਲ ਸਮਝਾਏਂਗੀ? ਜਿਹੜੇ ਬੰਦੇ ਨੇ ਸਮਝਣਾ ਹੁੰਦਾ ਨਾ
ਬਾਊ ਜੀ ਉਹ ਪਹਿਲੇ ਤਰੀਕੇ ਨਾਲ ਹੀ ਸਮਝ ਲੈਂਦਾ। ਓਹੋ ਉਹ ਨਾ ਸਾਡੀ ਆਪਸੀ ਦਰਾਣੀ ਜਠਾਣੀ ਦੀ ਗੱਲ ਆ, ਮੈਂ ਆਪੇ ਆਪਣੇ ਹਿਸਾਬ ਨਾਲ ਸੰਭਾਲ ਲਵਾਂਗੀ ਗੱਲ। ਜੇ ਤੁਸੀਂ ਵਿੱਚ ਪਾਓਗੇ ਨਾ ਐਵੇਂ ਗੱਲ ਵਧੂਗੀ ਅਤੇ ਘਰ ਦਾ ਮਾਹੌਲ ਹੋਰ ਖਰਾਬ ਹੋਊਗਾ, ਨਾਲੇ ਤੁਹਾਡੀ ਆਪਸੀ ਭਰਾਵਾਂ ਦੀ ਵਿਗੜੂਗੀ ਵੀ। ਉਸਤਾਦ ਉਹ ਨਾਲੇ ਮੇਰੇ ਸੁਣਨ 'ਚ ਇਹ ਆਇਆ ਕਿ ਭਾਬੀ ਦੇ ਭਰਾ ਨੂੰ ਸੈਂਟਰ 'ਚ ਕਾਤਾ, ਕਹਿੰਦੇ ਨਸ਼ਾ ਨੁਸ਼ਾ ਛਡਾਊ ਕੇਂਦਰ ਭੇਜਿਆ। ਉਹ ਆਹੋ ਯਾਰ, ਇੱਕ ਭੈਣ ਨੂੰ ਪਤਾ ਕਿੰਨਾ ਦੁੱਖ ਲੱਗਦਾ ਜਦੋਂ ਉਹਦਾ ਭਰਾ ਨਸ਼ਿਆਂ 'ਚ ਪਿਆ ਹੋਵੇ, ਅਤੇ ਨਸ਼ੇ 'ਚ ਪਏ ਹੋਏ ਬੰਦੇ ਨੂੰ ਕਦੇ ਵੀ ਕੁਛ ਵੀ ਹੋ ਸਕਦਾ। ਅਤੇ ਦੀਦੀ ਹੁਣ ਇਹੀ ਅਰਦਾਸ ਕਰਦੇ ਪਏ ਨੇ ਕਿ ਮੇਰਾ ਭਰਾ ਫਟਾਫਟ ਨਸ਼ੇ ਛੱਡ ਦੇਵੇ ਅਤੇ ਆਰਾਮ ਨਾਲ ਘਰ ਆ ਜਾਵੇ ਅਤੇ ਖੁਸ਼ੀ ਨਾਲ ਰਹੇ ਸਾਡੇ ਨਾਲ। ਚੱਲ ਠੀਕ ਆ ਫਿਰ, ਹੁਣ ਕੁਛ ਖਾਣ ਨੂੰ ਬਣਾ ਦਿਉ, ਮੈਨੂੰ ਵੀ ਭੁੱਖ ਲੱਗੀ ਹੈ। ਉਹ ਬਾਊ ਜੀ ਉੱਠ ਜਾਓ, ਉੱਠ ਕੇ ਨਹਾ ਲਓ, ਫੇਰ ਹੀ ਮਿਲਣਾ ਕੁਝ ਖਾਣ ਨੂੰ। ਨਹਾ ਲੈਣਾ ਗਾਂ ਇੱਥੇ। ਓਹੋ ਜਾਓ ਜਾਓ ਜਾ ਕੇ ਨਹਾ ਲਓ, ਇੱਕ ਤੁਸੀਂ ਤੰਗ ਕਰਦੇ ਰਹਿੰਦੇ ਹੋ, ਆ ਦੇਖੋ ਹੁਣ ਤੁਹਾਡਾ ਜਵਾਕ ਤੰਗ ਕਰਦਾ। ਬੁਲਾਇਆ ਸੀ ਦੀਦੀ, ਮੇਰੀ ਮਾਸੀ ਦੀ ਕੁੜੀ ਆਈ ਹੈ ਪ੍ਰੀਆ। ਅੱਛਾ ਇਹ ਹੈ ਪ੍ਰੀਆ। ਹੋਰ ਪ੍ਰੀਆ ਘਰੇ ਸਭ ਠੀਕ ਹੈ? ਤੂੰ ਸਾਡੇ ਘਰੇ ਕਦੇ ਗੇੜਾ ਹੀ ਨਹੀਂ ਮਾਰਿਆ। ਦੀਦੀ ਮੇਰੀ ਨਾ ਸਟੱਡੀ ਬਹੁਤ ਹਾਰਡ ਹੈ, ਇਸ ਕਰਕੇ ਮੈਂ ਘਰ ਤੋਂ ਕਾਲਜ, ਕਾਲਜ ਤੋਂ ਘਰ। ਜੈਸਮੀਨ ਦੀਦੀ ਤੁਹਾਨੂੰ ਦੱਸਿਆ ਤਾਂ ਸੀ ਮੈਂ, ਇਹ ਮੰਮੀ ਵੱਲ ਆਈ ਹੋਈ ਸੀ, ਮੈਂ ਹੁਣ ਇਹਦੀਆਂ ਮਿੰਨਤਾਂ ਪਾਈਆਂ ਤਾਂ ਕਰਕੇ 10 ਮਿੰਟ ਵਾਸਤੇ ਮੈਨੂੰ ਮਿਲਣ ਆਈ ਹੈ। ਦੀਦੀ ਅੱਗੇ ਤਾਂ ਤੁਸੀਂ ਮੈਨੂੰ ਕਦੀ ਕਿਹਾ ਨਹੀਂ ਮਿਲ ਕੇ ਜਾ, ਐਕਟ ਕੀ ਹੋ ਗਿਆ? ਪ੍ਰੀਆ ਜੈਸਮੀਨ ਦੀਦੀ ਨਾ ਮੇਰੇ ਤੋਂ ਗੁੱਸੇ ਹੋਏ ਪਏ ਸੀ, ਕਿਉਂਕਿ ਇਹਨਾਂ ਨੇ ਆਪਣੇ ਭਰਾ ਦਾ ਰਿਸ਼ਤਾ ਤੇਰੇ ਨਾਲ ਕਰਵਾਉਣਾ ਸੀਗਾ ਅਤੇ ਆਪਾਂ ਦਰਾਣੀ ਚਰਾਣੀ ਨੇ ਸਾਰੀ ਜ਼ਿੰਦਗੀ ਇਕੱਠਿਆਂ ਨੇ ਰਹਿਣਾ, ਹੁਣ ਤੂੰ ਦੱਸ ਤੂੰ ਵਿਆਹ ਵਾਸਤੇ ਤਿਆਰ ਆ ਇਹਨਾਂ ਦੇ ਭਰਾ ਦੇ ਨਾਲ? ਇਹਨਾਂ ਦਾ ਭਰਾ ਉਹ ਪ੍ਰਿੰਸ ਜਿਹੜਾ ਨਸ਼ੇ ਬਹੁਤ ਕਰਦਾ। ਰਾਜਕਾ ਦੀ ਤੁਹਾਨੂੰ ਪਤਾ ਤਾਂ ਮੈਂ ਵੈਜੀਟੇਰੀਅਨ ਹਾਂ ਅਤੇ ਮੈਨੂੰ ਮੁੰਡਾ ਵੀ ਉਹੀ ਚਾਹੀਦਾ, ਮੈਂ ਨਸ਼ੇ ਵਾਲਿਆਂ ਤੋਂ ਤਾਂ ਦੂਰ ਹਾਂ। ਜੈਸਮੀਨ ਦੀਦੀ ਤੁਹਾਡੇ ਸਾਹਮਣੇ ਹੀ ਆ ਕੁੜੀ, ਮੈਂ ਸਾਰੀ ਗੱਲ ਕਰਤੀ ਨਾ, ਕੱਲ੍ਹ ਨੂੰ ਤੁਹਾਨੂੰ ਇਹ ਨਾ ਲੱਗੇ ਵੀ ਕੁੜੀ ਨੂੰ ਕੁਛ ਮੈਂ ਸਿਖਾਇਆ ਪੜਾ। ਨਾਲੇ ਇੱਕ ਗੱਲ ਹੋਰ, ਤੁਸੀਂ ਆਪ ਹੀ ਦੇਖੋ ਪ੍ਰਿੰਸ ਭਾਜੀ ਦਾ ਅਤੇ ਇਹਦਾ ਕੋਈ ਮੇਲ ਹੈਗਾ? ਪ੍ਰੀਆ ਤੁਸੀਂ ਤਾਂ ਬੜੇ ਆਰਾਮ ਨਾਲ ਕਹਿ ਦਿੱਤਾ ਕਿ ਮੈਂ ਨਸ਼ੇ ਵਾਲੇ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ, ਜਿਹਦੇ ਨਾਲ ਤੁਸੀਂ ਵਿਆਹ ਕਰਵਾਓਗੇ ਜੇ ਉਹ ਵਿਆਹ ਤੋਂ ਬਾਅਦ ਨਸ਼ਿਆਂ ਵਿੱਚ ਪੈ ਗਿਆ ਫਿਰ? ਇਸ ਚੀਜ਼ ਦੀ ਗੱਲ ਮੈਂ ਆਪਣੇ ਘਰੇ ਕਰ ਲਈ ਹੈ, ਜੇ ਉਹ ਵਿਆਹ ਤੋਂ ਬਾਅਦ ਨਸ਼ੇ ਕਰੂਗਾ ਤਾਂ ਮੈਂ ਆਪਣਾ ਬੈਗ ਚੱਕ ਕੇ ਆਪਣੇ ਪੇਕੇ ਆ ਜਾਊਂਗੀ। ਇਹਦਾ ਮਤਲਬ ਤੁਸੀਂ ਆਪਣਾ ਘਰ ਖਰਾਬ ਕਰ ਲਓਗੇ, ਪਰ ਉਸ ਬੰਦੇ ਨਾਲ ਤੁਸੀਂ ਐਡਜਸਟਮੈਂਟ ਨਹੀਂ ਕਰੋਗੇ। ਡਰਿੰਕ ਵਾਲੇ ਬੰਦੇ ਨਾਲ ਤਾਂ ਐਡਜਸਟ ਹੋ ਜਾਂਦਾ, ਪਰ ਜਿਹੜਾ ਦੂਜੇ ਨਸ਼ੇ ਕਰਦਾ ਉਹਦੇ ਨਾਲ ਕਦੇ ਐਡਜਸਟ ਨਹੀਂ ਹੁੰਦਾ। ਜੈਸਮੀਨ ਦੀਦੀ ਪਿੱਛੇ ਜੀ ਜਦੋਂ ਇਹਨਾਂ ਦੇ ਰਿਸ਼ਤੇ ਦੀ ਗੱਲ ਚੱਲੀ ਸੀਗੀ ਉਦੋਂ ਅੱਜੂ ਨੇ ਇਹਨਾਂ ਨਾਲ ਸਾਰੀ ਗੱਲ ਕੀਤੀ ਸੀ ਅਤੇ ਨਾਲ ਹੀ ਇਹ ਗੱਲ ਖੁੱਲ੍ਹ ਕੇ ਰੱਖਦੀ ਸੀ, ਭਾਈ ਮੁੰਡਾ ਤਾਂ ਨਸ਼ੇ ਕਰਦਾ, ਤੁਸੀਂ ਦੱਸ ਦਿਉ ਕਿੱਦਾਂ ਕਰਨਾ? ਉਸ ਵਿਆਹ ਦਾ ਫਾਇਦਾ ਵੀ ਕੀ ਹੈ ਜਿੱਥੇ ਐਡਜਸਟਮੈਂਟ ਵੀ ਕਰਨੀ ਪੈਣ ਅਤੇ ਰਿਸ਼ਤੇ ਵੀ ਖਰਾਬ ਹੋਣ? ਬਸ ਠੀਕ ਹੈ ਫਿਰ ਪ੍ਰੀਆ, ਮੁੱਕਦੀ ਗੱਲ ਤਾਂ ਇਹੀ ਹੈ ਕਿ ਮੇਰਾ ਭਰਾ ਨਸ਼ੇ ਕਰਦਾ ਵੈ, ਪਰਮਾਤਮਾ ਸੁੱਖ ਰੱਖੇ, ਜਲਦੀ ਉਹਦੇ ਨਸ਼ੇ ਛਡਾਵੇ ਅਤੇ ਉਹਦਾ ਵੀ ਘਰ ਵਸੇ। ਚਲੋ ਦੀਦੀ ਠੀਕ ਹੈ ਫਿਰ ਮੈਂ ਜਾਂਦੀ ਹਾਂ, ਮੇਰੀਆਂ ਨਾ ਫਰੈਂਡਸ ਖੜੀ ਆ, ਮੈਂ ਘੁੰਮਣ ਜਾਣਾ ਉਹਨਾਂ ਨਾਲ ਕਿਤੇ। ਦੀਦੀ ਹੁਣ ਤੁਸੀਂ ਆਪ ਹੀ ਦੱਸੋ ਮੈਂ ਕਿੱਥੇ ਗਲਤ ਆ ਜਾਂ ਤੁਹਾਡਾ ਭਰਾ ਹੀ ਸਹੀ ਹੈ? ਚੱਲ ਵਧੀਆ ਕੀਤਾ ਵੈਸੇ ਰਾਧਿਕਾ, ਤੂੰ ਇਹਨੂੰ ਬੁਲਾ ਕੇ ਮੇਰਾ ਵਹਿਮ ਦੂਰ ਕਰਤਾ, ਮੈਨੂੰ ਤਾਂ ਇੱਦਾਂ ਲੱਗਦਾ ਪਿਆ ਸੀ ਸ਼ਾਇਦ ਤੂੰ ਜਾਣ ਕੇ ਮੇਰੇ ਭਰਾ ਦਾ ਰਿਸ਼ਤਾ ਨਹੀਂ ਕਰਵਾਉਣਾ ਚਾਹੁੰਦੀ। ਲੈ ਦੀਦੀ ਤੁਸੀਂ ਮੇਰੇ ਬਾਰੇ ਇੱਦਾਂ ਸੋਚਦੇ ਪਏ ਸੀ, ਮੈਂ ਤਾਂ ਆਪ ਚਾਹੁੰਦੀ ਹਾਂ ਪ੍ਰਿੰਸ ਭਾਜੀ ਨਾ ਹੱਸਦੇ ਵੱਸਦੇ ਰਹਿਣ ਆਪਣੀ ਫੈਮਿਲੀ ਦੇ ਵਿੱਚ। ਨਸ਼ਾ ਤਾਂ ਦੀਦੀ ਇਹੋ ਜਿਹੀ ਚੀਜ਼ ਹੈ ਜਿਹੜਾ ਜਨਾਨੀ ਦੀ ਜ਼ਿੰਦਗੀ ਤਾਂ ਖਰਾਬ ਕਰਦਾ ਹੀ ਹੈ, ਆਉਣ ਵਾਲੇ ਬੱਚੇ ਦੀ ਵੀ ਜ਼ਿੰਦਗੀ ਖਰਾਬ ਕਰਦਾ। ਚੱਲ ਠੀਕ ਹੈ ਰਾਧਿਕਾ, ਤੂੰ ਤਾਂ ਮੇਰੇ ਸਾਰੇ ਵਹਿਮ ਦੂਰ ਕਰਤੇ, ਹੁਣ ਤੂੰ ਆਰਾਮ ਕਰ, ਮੈਂ ਮਾੜਾ ਜਿਹਾ ਘਰ ਦਾ ਕੰਮ ਕਰਨਾ। Mm-hmm.
ਵਾਹ, ਸੱਸ ਵਾਂਗੂ ਜ਼ਿਆਦਾ ਹੀ ਆਕੜ ਹੋ ਗਈ, ਇਗਨੋਰ ਕਰਕੇ ਲੰਘਦੀ ਪਈਆਂ। ਮੈਨੂੰ ਪਤਾ ਸੀ ਤੂੰ ਟੋਕੇਂਗੀ ਜ਼ਰੂਰ, ਤਾਂ ਹੀ ਤਾਂ ਤੈਨੂੰ ਇਗਨੋਰ ਕਰਦੀ ਪਈ ਸੀ। ਲੈ ਭੈਣੇ, ਤੂੰ ਤਾਂ ਗੁੱਸੇ ਹੀ ਕਰ ਗਈ। ਮੈਂ ਸੋਚਿਆ ਇੱਧਰ ਨੂੰ ਚੱਲੀ ਹਾਂ ਤਾਂ ਮੈਂ ਤੈਨੂੰ ਨਾਲ ਹੀ ਲੈ ਚੱਲਦੀ ਹਾਂ। ਉਹ ਤੇਰੇ ਨਾਲ ਜਾ ਕੇ ਮੈਂ ਆਪਦੀ ਸੱਸ ਕੋ ਗਾਲਾਂ ਥੋੜ੍ਹੀ ਖਾਣੀਆਂ ਵੈਂ। ਮੈਨੂੰ ਪਤਾ ਲੱਗਾ ਵੈ ਤੁਹਾਡੀ ਨੂੰਹ ਸੱਸ ਦੀ ਬੜੀ ਮਿੱਟੀ ਪਲੀਤ ਹੋਈ ਹੈ। ਪਰ ਜੇ ਲੱਗੇ ਤੈਨੂੰ, ਜਿੰਨਾ ਭੈਣਾਂ ਦੇ ਵੀਰ ਟੀਕੇ ਲਾਉਂਦੇ ਹੋਣ ਨਾ, ਉਹਨਾਂ ਦੇ ਸਿਰ ਝੁਕੇ ਰਹਿੰਦੇ ਨੇ। ਆਪਣੀ ਜ਼ਬਾਨ ਨੂੰ ਲਗਾਮ ਲਾ ਲਾ, ਮੈਨੂੰ ਤਾਂ ਪਹਿਲੇ ਆਪਣੇ ਪੇਕੇ ਟੈਨਸ਼ਨ ਬਹੁਤ ਹੋਈ ਹੋਈ ਹੈ। ਜੇ ਹੁਣ ਤੂੰ ਮੇਰੇ ਪੇਕਿਆਂ ਬਾਰੇ ਬੋਲੀ ਨਾ ਕੁਛ, ਐ ਨਾ ਹੋਵੇ ਕਿ ਗਲੀ ਆਪਣਾ ਜਲੂਸ ਵੇਖੇ। ਜਲੂਸ ਤਾਂ ਨਾ ਤੇਰੀ ਸੱਸ ਨੇ ਮੇਰਾ ਤੇ ਮੇਰੀ ਸੱਸ ਦਾ ਬਹੁਤ ਕੱਢਿਆ, ਹਲੇ ਉਹ ਖਾਰਾ ਪੂਰੀਆਂ ਨਹੀਂ ਹੋਈਆਂ, ਤਾਂ ਐਵੇਂ ਨਵੀਂ ਖਾਰ ਸ਼ੁਰੂ ਕਰ ਲਈ। ਤੇ ਬਸ ਫਿਰ ਤੇ ਆਉਂਦੇ ਜਾਂਦੇ ਨਾਲ ਪੰਗੇ ਘੁਲਣੀ ਪਈ ਹੈ। ਜਿੱਧਰ ਚੱਲੀ ਸੀ ਜਾ, ਜਿੱਧਰ ਮੈਂ ਜਾਣਾ ਹੈਗਾ ਮੈਂ ਜਾਵਾਂਗੀ। ਚੱਲ ਛੱਡ ਜੈਸਮੀਨ, ਤੇਰੇ ਨਾਲ ਤਾਂ ਮੇਰੀ ਕੋਈ ਲਾਗ ਡਾਟ ਨਹੀਂ ਹੈਗੀ। ਚੱਲ ਅੰਦਰ ਚੱਲ, ਠੰਡਾ ਪੀ ਤੇ ਠੰਡੇ ਹੁੰਦੇ ਆ। ਦੇਖ ਹਰਦੀਪ, ਰਿਸ਼ਤੇਦਾਰੀ 'ਚ ਨਾ ਅਸ਼ਰੀਕਪੂ ਨਾ ਘੱਟ ਹੀ ਵਰਤਿਆ ਕਰੋ। ਜਦੋਂ ਸਾਡੇ ਘਰੇ ਕੋਈ ਗੱਲ ਹੁੰਦੀ ਹੈ ਨਾ, ਤੁਸੀਂ ਨੂੰ ਸੱਸ ਸਵਾਦ ਲੈਣ ਸਭ ਤੋਂ ਪਹਿਲੇ ਆਉਂਦੀਆਂ। ਦੇਖ ਨਾ ਤਾਂ ਸ਼ੁਰੂ 'ਚ ਕਦੇ ਮੈਂ ਤੈਨੂੰ ਮਾੜਾ ਚੰਗਾ ਕਿਹਾ, ਨਾ ਕਦੇ ਰਾਧਿਕਾ ਨੂੰ ਕਿਹਾ, ਮੈਂ ਤਾਂ ਤੁਹਾਡਾ ਭਲਾ ਹੀ ਸੋਚਦੀ ਹਾਂ। ਆਹੋ ਆਹ ਭਲਾ ਤਾਂ ਬਹੁਤ ਹੀ ਵਧੀਆ, ਇੱਕ ਨੂੰ ਗੱਲ ਲਾਈ ਅਤੇ ਦੂਜੇ ਨੂੰ ਲਾ ਕੇ ਕਰ ਦਿੱਤੀ। ਦੇਖ ਤੂੰ ਮੇਰੇ ਨਾਲ ਜਿੱਦਾਂ ਮਰਜ਼ੀ ਬੋਲ, ਜੇ ਖਾਰ ਵੀ ਰੱਖਣੀ ਆ ਨਾ ਰੱਖ ਲੈ। ਮੈਂ ਤਾਂ ਵਿਚਾਰੀ ਤੇਰੀ ਮਾਂ ਦਾ ਪਤਾ ਲੈਣ ਚੱਲੀ ਸੀ ਵੀ ਮੁੰਡੇ ਬਿਨਾਂ ਕਿੱਦਾਂ ਰਹਿ ਰਹੀ ਆ। ਹੈ ਭੈਣ, ਮੇਰੀ ਮਾਂ ਕੋਲ ਚੱਲੀ ਸੀਗੀ, ਮੈਨੂੰ ਵੀ ਨਾਲ ਹੀ ਲੈ ਜਾ। ਹਾਂ ਹਾਂ ਬੈਠ ਤੇ ਚੱਲ ਚੱਲੀਏ, ਪਰ ਜੇ ਕੱਲ੍ਹ ਨੂੰ ਕਿਸੇ ਨੇ ਆਪਾਂ ਨੂੰ ਇਕੱਠਿਆਂ ਦੇਖ ਲਿਆ ਨਾ, ਤੇਰੀ ਸੱਸ ਮਗਰ ਪੈ ਗਈ ਤਾਂ ਮੇਰੇ 'ਤੇ ਇਲਜ਼ਾਮ ਨਾ ਲਾਈ, ਆਪਣੇ ਆਪ ਗੱਲ ਸੰਭਾਲ ਲਈ। ਅੱਗੇ ਮੈਨੂੰ ਪਤਾ ਹੀ ਹੈ ਨਾ ਆਸ਼ੀਸ਼ ਭਾਅ ਜੀ ਕਿੰਨੀ ਦੇਰ ਤੋਂ ਤੁਹਾਨੂੰ ਬੁਲਾਉਂਦੇ ਨਹੀਂ ਪਏ ਹੈਗੇ, ਫਿਰ ਤੁਹਾਨੂੰ ਗਾਂਹ ਤੋਂ ਫੜ ਕੇ ਬਾਹਰ ਨੂੰ ਕੱਢਣਗੇ, ਫਿਰ ਮੁੱਦਾ ਮੇਰੇ 'ਤੇ ਹੀ ਆ ਜਾਣਾ ਗਾ। ਹਾਂ ਚੱਲ ਛੱਡ ਭੈਣ, ਆਪਣੀ ਮਾਂ ਦਾ ਪਤਾ ਲੈਣ ਮੈਂ ਇਕੱਲੀ ਹੀ ਚਲੀ ਜਾਵਾਂਗੀ, ਐਵੇਂ ਫਿਰ ਕੋਈ ਗੱਲ ਨਿਕਲ ਜਾਏਗੀ, ਸਾਰੀ ਗੱਲ ਤੁਹਾਡੇ 'ਤੇ ਆ ਜਾਣੀ ਹੈ ਤਾਂ ਕੀ ਫਾਇਦਾ। ਤੁਹਾਨੂੰ ਮੇਰੇ ਘਰਵਾਲੇ ਦੇ ਸੁਭਾਅ ਦਾ ਨਾ ਪਤਾ ਹੀ ਆ, ਜਿੰਨੀ ਦੇਰ ਉਹ ਮਿੱਠਾ ਤਾਂ ਮਿੱਠਾ, ਜਦੋਂ ਉਹਨੇ ਖੁੰਦਕ ਕੱਢਣੀ ਹੈ ਨਾ ਤਾਂ ਉਹ ਵੱਡਾ ਛੋਟਾ ਨਹੀਂ ਦੇਖਦਾ। ਚੱਲ ਠੀਕ ਹੈ, ਮੈਂ ਚੱਲਦੀ ਹਾਂ। ਮੈਂ ਤਾਂ ਨਾ ਮਾੜੇ ਜਿਹੇ ਮੈਡੀਕਲ 'ਤੇ ਚੱਲੀ ਸੀ, ਰਾਧਿਕਾ ਦੀ ਦਵਾਈ ਖਤਮ ਹੋਈ ਹੋਈ ਸੀ ਆਇਰਨ ਕੈਲਸ਼ੀਅਮ ਦੀ। ਜੈਸਮੀਨ, ਹੁਣ ਦਰਾਣੀ ਦੀਆਂ ਵੀ ਚਾਪਲੂਸੀਆਂ ਕਰਨ ਲੱਗ ਗਈ। ਸ਼ਰਮ ਕਰ ਲੈ ਹਰਦੀਪ, ਸ਼ਰਮ ਕਰ ਲੈ, ਕਿ ਉਹ ਬਾਰ ਬਾਰ ਤੇ ਤਾਨੇ ਜੇ ਕਸਮ ਦੀਆਂ ਗੱਲਾਂ ਕਰਦੀ ਪਈ ਆ। ਫਿਰ ਦੁਬਾਰਾ ਤੂੰ ਤਾਂ ਉਹੀ ਕੰਮ ਕਰਦੀ ਆ ਕਿ ਪਹਿਲੇ ਬੰਦੇ ਨੂੰ ਗੁੱਸੇ ਚੜਾ ਲਓ, ਫਿਰ ਕਹਿ ਦੋ ਮੈਂ ਕੀਤਾ ਹੀ ਕੀ ਆ। ਸ਼ਰਮ ਤਾਂ ਨਾ ਤੈਨੂੰ ਆਉਣੀ ਚਾਹੀਦੀ ਆ, ਤੈਨੂੰ ਪਤਾ ਤੈਂ ਕੀ ਕੀਤਾ, ਆਪਣੇ ਪੈਰ ਤੇ ਨਾ ਆਪ ਹੀ ਘਲਾੜੀ ਮਾਰ ਲਈ। ਨਾ ਮੈਂ ਕੀ ਘਲਾੜੀ ਮਾਰ ਲਈ, ਕੀ ਕਰ ਲਿਆ ਮੈਂ ਇਹੋ ਜਿਹਾ? ਮੈਂ ਤਾਂ ਨਾ ਤੈਨੂੰ ਚਤਰ ਸਮਝਦੀ ਸੀ, ਪਰ ਤੂੰ ਨਿਕਲੀ ਭੋਲੀ, ਤੂੰ ਪਤਾ ਕਿੱਡਾ ਵੱਡਾ ਨੁਕਸਾਨ ਕਰ ਲਿਆ ਲੱਡੂ ਆਪਣਾ ਵਾਪਸ ਲੈ ਕੇ। ਨਾ ਮੈਂ ਲੱਡੂ ਵਾਪਸ ਲੈ ਕੇ ਇਹੋ ਜਿਹਾ ਕਿਹੜਾ ਨੁਕਸਾਨ ਕਰ ਲਿਆ? ਨਾਲੇ ਮੈਨੂੰ ਇੱਕ ਗੱਲ ਦੱਸ, ਤੈਨੂੰ ਕਦ ਤੋਂ ਮੇਰੀ ਫਿਕਰ ਹੋਣ ਲੱਗ ਪਈ ਨੁਕਸਾਨ ਦੀ ਤੇ ਫਾਇਦੇ ਦੀ? ਤੈਨੂੰ ਪਤਾ ਨਾ ਰਾਧਿਕਾ ਦੇ ਜਵਾਕ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਤੇਰਾ ਹੀ ਆ। ਜੇ ਕਮਲੀਏ ਤੂੰ ਲੱਡੂ ਵਾਪਸ ਨਾ ਲੈਂਦੀ ਨਾ, ਪਵਨ ਤੇ ਰਾਧਿਕਾ ਦਾ ਜਿਹੜਾ ਸਾਰਾ ਹਿੱਸਾ ਨਾ ਸਾਰਾ ਲੱਡੂ ਦੇ ਨਾਂ ਹੀ ਲੱਗਣਾ ਸੀਗਾ। ਤੇਰੇ ਨਾ ਦੋ ਮੁੰਡੇ ਨੇ, ਇੱਕ ਨੂੰ ਉਹਦੇ ਪਿਓ ਦਾ ਹਿੱਸਾ ਮਿਲਣਾ ਸੀ ਤੇ ਦੂਜੇ ਨੂੰ ਚਾਚੇ ਦਾ। ਬਾਲੀਏ ਸਿਆਣੀਏ, ਕਰ ਗਈ ਨਾ 40-50 ਲੱਖ ਦਾ ਨੁਕਸਾਨ। ਮੈਂ ਤਾਂ ਨਾ ਪਹਿਲੀ ਮਾਂ ਦੇਖੀ ਆ ਜਿਹਨੇ ਆਪਣੇ ਪੁੱਤ ਦਾ ਨੁਕਸਾਨ ਨਾ ਆਪ ਹੀ ਕਰਵਾ ਲਿਆ। ਇੱਕ ਹੱਲ ਹੈਗਾ, ਜੇ ਕੈਲਸ਼ੀਅਮ ਦੀ ਥਾਂ ਤੇ ਕੋਈ ਹੋਰ ਦਵਾਈ ਦੇ ਦੇ ਤਾਂ ਪਾਗਲੇ, ਜੇ ਬੱਚਾ ਹੀ ਨਹੀਂ ਹੋਊਗਾ ਤਾਂ ਹਿੱਸੇ ਆ ਗਏ।